BSBW ਕੈਰੀਅਰ ਬਿਲਡਰਸ ਜੋ ਕਿ ਪੱਖੋਵਾਲ ਰੋਡ ਲੁਧਿਆਣਾ ਅਤੇ ਪਟਿਆਲਾ ਵਿਖੇ ਸਥਿਤ ਹੈ। ਇੱਥੇ ਆਈਲੈਟਸ, ਸਟੱਡੀ ਵੀਜ਼ਾ, ਸਪੌਸ ਵੀਜ਼ਾ ਅਤੇ ਹੋਰ ਵੱਖ ਵੱਖ ਤਰੀਕੇ ਦੀਆਂ ਸਹੂਲਤਾਂ ਮੌਜੂਦ ਹਨ। ਇੱਥੋਂ ਦਾ ਸਟਾਫ ਹਮੇਸ਼ਾ ਹੀ ਬੱਚਿਆਂ ਨੂੰ ਗਾਈਡ ਕਰਨ ਲਈ ਤਿਆਰ ਰਹਿੰਦਾ ਹੈ। ਸਾਡੀ ਪੰਜਾਬ ਪਲੱਸ ਦੀ ਟੀਮ ਨੇ BSBW ਕੈਰੀਅਰ ਬਿਲਡਰਸ ਦਾ ਵਿਸ਼ੇਸ਼ ਦੌਰਾ ਕੀਤਾ। ਆਓ ਨਜ਼ਰ ਮਾਰਦੇ ਹਾਂ ਇਸ ਦੀਆਂ ਝਲਕੀਆਂ 'ਤੇ। ਦਰਸ਼ਕੋ ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਇਲਾਈਟ ਸਕੂਲ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰ ਰਿਹਾ ਹੈ। 2010 ਤੋਂ ਇਹ ਆਈਲੈਟਸ ਦੇ ਫੀਲਡ ਦੇ ਵਿੱਚ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਕੇ ਬਾਹਰ ਭੇਜਣ ਦੇ ਲਈ ਆਪਣੇ ਐਫਰਟਸ ਲੱਗੇ ਹੋਏ ਨੇ ਔਰ ਹਜ਼ਾਰਾਂ ਦੀ ਗਿਣਤੀ 'ਚ ਵਿਦਿਆਰਥੀ ਜਿਹੜੇ ਹੈਗੇ ਆ ਉਹ ਵਧੀਆ ਬੈਂਡ ਲੈ ਕੇ ਇਸ ਇੰਸਟੀਟਿਊਸ਼ਨ ਤੋਂ ਬਾਹਰ ਜਾ ਚੁੱਕੇ ਨੇ। ਸਰ ਤੁਹਾਡਾ ਸਵਾਗਤ ਹੈ ਚੌਧਰੀ ਜੀ ਇਸ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਸਰ, ਥੈਂਕ ਯੂ ਸੋ ਮੱਚ। ਵੀਰ ਜੀ, ਉਹ ਜ਼ਮਾਨਾ ਜਦੋਂ ਇਹ ਚੀਜ਼ ਨਹੀਂ ਨਹੀਂ ਸੀਗੀ, 2010 ਦੀ ਆਪਾਂ ਗੱਲ ਕਰੀਏ, ਉਸ ਟਾਈਮ ਤੇ ਤੁਸੀਂ ਆਪਣੀ ਇਹ ਸੇਵਾ ਸ਼ੁਰੂ ਕੀਤੀਆਂ ਔਰ ਅੱਜ ਉਹੀ ਨਾਮ ਤੇ ਉਹੀ ਡਰੈਸ ਤੇ ਉਹੀ ਫੋਨ ਨੰਬਰ ਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ। ਉਹਦੇ ਨਾਲ ਨਾਲ ਇਮੀਗ੍ਰੇਸ਼ਨ ਜਿਹੜਾ ਕਿ ਅੱਜ ਇੱਕ ਬਹੁਤ ਵੱਡਾ ਚੈਲੰਜ ਬਣ ਚੁੱਕਿਆ ਪੰਜਾਬ ਦੇ ਲੋਕ, ਹਰੇਕ ਬੱਚਾ ਜਿਹੜਾ ਬਾਹਰ ਜਾਣ ਦੇ ਲਈ ਉਤਸੁਕ ਹੈ ਔਰ ਉਹਦੇ ਵਿੱਚ ਬੜੀ ਪਰੇਸ਼ਾਨੀ ਦਾ ਲੋਕ ਜਿਹੜਾ ਸਾਹਮਣਾ ਕਰਨਾ ਕਰ ਰਹੇ ਨੇ, ਪਰ ਤੁਸੀਂ ਇੱਕੋ ਹੀ ਨਾਮ ਤੇ ਇੱਕੋ ਹੀ ਬ੍ਰਾਂਡ ਦੇ ਉੱਪਰ ਜਿਹੜੀ ਹੈਗੀ ਆਪਣੀ ਸੇਵਾ 10 ਸਾਲ ਹੋ ਗਏ ਉਸੇ ਜਗ੍ਹਾ ਦੇ ਉੱਤੇ ਦੇ ਰਹੇ ਹੋ, ਕੀ ਕਹਿਣਾ ਚਾਹੋ? ਸਰ, ਫਸਟ ਆਫ ਆਲ ਤਾਂ ਮੈਂ ਤੁਹਾਡਾ ਥੈਂਕ ਯੂ ਕਰਨਾ ਚਾਹੂੰਗਾ ਜੀ ਤੁਸੀਂ ਆਏ, ਔਰ ਉਸ ਤੋਂ ਬਾਅਦ ਮੈਂ ਥੈਂਕ ਯੂ ਕਰਨਾ ਚਾਹੂੰਗਾ ਉਹਨਾਂ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਸਾਡੇ 'ਤੇ ਵਿਸ਼ਵਾਸ ਕੀਤਾ, ਸਾਡੀਆਂ ਸਰਵਿਸਿਜ਼ ਨੂੰ ਅਵੇਲ ਕੀਤਾ ਔਰ ਜਿਨ੍ਹਾਂ ਦੇ ਸਦਕੇ ਅੱਜ ਅਸੀਂ 10 ਸਾਲ ਆਪਣੇ ਪੂਰੇ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ। ਔਰ ਸਾਡਾ ਮੋਟਿਵ ਇਸ ਇੰਡਸਟਰੀ ਵਿੱਚ ਆਉਣ ਦਾ, ਮੈਂ ਗ੍ਰੈਜੂਏਸ਼ਨ ਕੰਪਲੀਟ ਕਰਕੇ ਇੱਕ ਸਾਲ ਦਾ ਐਕਸਪੀਰੀਅੰਸ ਲੈਣ ਤੋਂ ਬਾਅਦ ਇਸ ਇੰਡਸਟਰੀ ਦੇ ਵਿੱਚ ਜਦੋਂ ਮੈਂ ਆਇਆ, ਮੇਰਾ ਮੋਟਿਵ ਇਹੀ ਸੀ ਕਿ ਐਟਲੀਸਟ ਅਸੀਂ ਕੇਸਿਸ ਚਾਹੇ ਲੋਕਾਂ ਨਾਲੋਂ ਘੱਟ ਕਰੀਏ, ਘੱਟ ਬੱਚੇ ਪੜ੍ਹਾਈਏ, ਪਰ ਜਿਹੜੇ ਬੱਚੇ ਪੜ੍ਹਾਈਏ ਉਹ ਬੱਚੇ ਅੱਗੇ ਜਾ ਕੇ ਸਕਸੈਸਫੁਲ ਹੋਣ ਔਰ ਬੱਚੇ ਐਟਲੀਸਟ ਸਾਡੇ ਪੜ੍ਹਾਏ ਹੋਏ ਬੱਚੇ ਮਿਸਗਾਈਡ ਨਾ ਹੋਣ, ਬੱਚਿਆਂ ਨੂੰ ਸਹੀ ਜਾਣਕਾਰੀ ਮਿਲੇ। ਅੱਜ ਵੀ ਸਾਡਾ ਮੋਟਿਵ ਉਹੀ ਹੈ, ਅਸੀਂ ਬੱਚੇ ਨੂੰ ਗਾਈਡ ਸਹੀ ਕਰਦੇ ਹਾਂ, ਬੱਚਾ ਸਾਡੇ ਕੋਲ ਵੀਜ਼ਾ ਲਵਾਵੇ ਚਾਹੇ ਨਾ ਲਵਾਵੇ, ਅਸੀਂ ਕਹਿੰਦੇ ਹੁੰਦੇ ਕਿ ਇਨਫੋਰਮੇਸ਼ਨ ਤੁਸੀਂ ਸਹੀ ਲਓ, ਗਾਈਡੈਂਸ ਸਭ ਤੋਂ ਲਓ, ਵੀਜ਼ਾ ਤੁਸੀਂ ਅਗਰ ਕਿਸੇ ਹੋਰ ਜਗ੍ਹਾ ਜਾ ਕੇ ਲਵਾਉਣਾ ਚਾਹੁੰਦੇ ਹੋ ਤਾਂ ਵੀ ਕੋਈ ਪ੍ਰੋਬਲਮ ਨਹੀਂ, ਸਾਡਾ ਕੰਮ ਹੈ ਸਹੀ ਇਨਫੋਰਮੇਸ਼ਨ ਦੇਣਾ। ਜੋ ਮੋਟਿਵ ਲੈ ਕੇ ਅਸੀਂ ਸਟਾਰਟ ਕੀਤਾ ਸੀ, ਅੱਜ ਵੀ ਅਸੀਂ ਉਸੇ ਮੋਟਿਵ 'ਤੇ ਕਾਇਮ ਹਾਂ ਔਰ ਅਸੀਂ ਉਸੇ ਥੀਮ 'ਤੇ ਅੱਜ ਵੀ ਵਰਕ ਕਰਦੇ ਪਏ। ਸਰ, ਅਗਰ ਪਾਇਲਟਸ ਦੀ ਗੱਲ ਕਰੀਏ, ਜਿਹੜੇ ਸਟੂਡੈਂਟਸ ਤੁਹਾਡੇ ਇੰਸਟੀਟਿਊਸ਼ਨ ਨਾਲ ਜੁੜਦੇ ਨੇ, ਅਗਰ ਆਪਾਂ ਪਰਸਨੈਲਿਟੀ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਬੋਡੀ ਲੈਂਗੁਏਜ ਦੇ ਵਿੱਚ ਬਹੁਤ ਵੱਡੀ ਚੇਂਜ ਜਿਹੜੀ ਹੈਗੀ ਇਸ ਇੰਸਟੀਟਿਊਸ਼ਨ ਦੁਆਰਾ ਲਿਆਂਦੀ ਜਾਂਦੀ ਹੈ, ਕੀ ਕਾਰਨ ਆ ਕਿ ਤੁਸੀਂ ਮਤਲਬ ਤੁਹਾਡਾ ਐਕਸਪੀਰੀਅੰਸ ਜਿਹੜਾ ਇਹ ਕੌਣ ਕਰਦਾ, ਜਾਂ ਤੁਹਾਡੇ ਕੋਲ ਜਿਹੜੇ ਵਧੀਆ ਬੈਂਡ ਵਾਲੇ ਟੀਚਰਸ ਹੈਗੇ ਆ ਔਰ ਉਹ ਟੀਚਰ ਜਿਹੜੇ ਪਹਿਲਾਂ ਤੁਹਾਡੇ ਤੋਂ ਹੀ ਵਧੀਆ ਬੈਂਡ ਲੈਂਦੇ ਹੈਗੇ ਆ, ਉਹਨਾਂ ਨੇ ਤੁਸੀਂ ਨਾਲ ਅਟੈਚ ਕਰ ਲੈਂਦੇ ਹੋ, ਕੀ ਕਹਿੰਦੇ ਹੋ? ਸਰ, ਦੇਖੋ, ਆਇਲਸ ਜਿਹੜਾ ਆਇਲਸ ਵਿਸ਼ਾ ਹੈ ਜਾਂ ਪਰਸਨੈਲਿਟੀ ਡਿਵੈਲਪਮੈਂਟ ਦੀ ਜਿੱਦਾਂ ਤੁਸੀਂ ਗੱਲ ਕੀਤੀ ਹੈ, ਜਿਹੜੇ ਬੱਚੇ ਸਾਡੇ ਕੋਲ ਇੰਗਲਿਸ਼ ਸਿੱਖਣ ਆਉਂਦੇ ਆ ਜਾਂ ਗਰੂਮਿੰਗ ਕਰਨ ਦੇ ਲਈ ਆਉਂਦੇ ਆ, ਉਹਨਾਂ ਦਾ ਮੋਟਿਵ ਪਹਿਲਾਂ ਹੁੰਦਾ ਹੈ ਕਿ ਉਹਨਾਂ ਨੇ ਕਰਕੇ ਆਇਲਸ ਕੰਪਲੀਟ ਕਰਕੇ ਉਹਨਾਂ ਨੇ ਬਾਹਰ ਜਾਣਾ। ਸੋ ਬਾਹਰ ਜਿਹੜੀ ਕੰਟਰੀਜ਼ ਦੇ ਵਿੱਚ ਉਹਨਾਂ ਨੇ ਜਾਣਾ ਹੈ, ਜਦੋਂ ਉੱਥੇ ਉਸ ਲੈਂਗੁਏਜ ਦੇ ਵਿੱਚ ਉਹਨਾਂ ਨੇ ਗੱਲ ਕਰਨੀ ਹੈ ਜਿਹੜੀ ਆਪਣੇ ਬੱਚਿਆਂ ਦੀ ਫਸਟ ਲੈਂਗੁਏਜ ਨਹੀਂ ਹੈਗੀ। ਨੋਰਮਲੀ ਸਾਡੇ ਬੱਚਿਆਂ ਦੀ ਫਸਟ ਲੈਂਗੁਏਜ ਇੰਗਲਿਸ਼ ਨਹੀਂ ਹੈਗੀ, ਹਿੰਦੀ ਜਾਂ ਪੰਜਾਬੀ ਹੈ। ਸੋ ਜਦੋਂ ਇੱਕ ਐਸੀ ਲੈਂਗੁਏਜ ਜਿਹੜੀ ਸਾਡੀ ਫਸਟ ਨਹੀਂ ਹੈ ਉਹ ਸਿੱਖਣੀ ਹੈ ਅਤੇ ਸਿੱਖ ਕੇ ਉਸ ਤੋਂ ਬਾਅਦ ਐਕਸਪ੍ਰੈਸ ਕਰਨਾ ਉਸ ਚੀਜ਼ ਨੂੰ, ਤਾਂ ਉਹਦੇ ਲਈ ਬੱਚੇ ਨੂੰ ਇਹ ਚੀਜ਼ਾਂ ਸਕੂਲ ਦੇ ਵਿੱਚ ਸਿਖਾਈਆਂ ਜਾਂਦੀਆਂ। CBSE ਬੱਚਾ ਪਾਸ ਆਊਟ ਜਿਹੜਾ ਹੁੰਦਾ ਕਾਫ਼ੀ ਉਹਨੂੰ ਇਸ ਚੀਜ਼ ਬਾਰੇ ਪਹਿਲਾਂ ਤੋਂ ਹੀ ਅਵੇਅਰ ਹੁੰਦਾ, ਬਟ ਜਿਹੜਾ ਪੰਜਾਬ ਬੋਰਡ ਦਾ ਬੱਚਾ ਹੈ
ਉਹਦਾ ਇੰਗਲਿਸ਼, ਹਾਂ ਇੰਗਲਿਸ਼ ਉਹ ਸੁਣ ਵਧੀਆ ਸਕਦਾ ਹੈ, ਸਮਝ ਸਕਦਾ ਹੈ, ਪਰ ਉਹਨੂੰ ਇੰਗਲਿਸ਼ ਦੇ ਵਿੱਚ ਐਕਸਪ੍ਰੈਸ ਕਰਨਾ, ਆਪਣੀਆਂ ਫੀਲਿੰਗਸ ਨੂੰ, ਆਪਣੇ ਆਈਡੀਆਜ਼ ਨੂੰ ਇੰਗਲਿਸ਼ ਦੇ ਵਿੱਚ ਦੱਸਣਾ ਪੰਜਾਬ ਬੋਰਡ ਦੇ ਬੱਚੇ ਲਈ ਅੱਜ ਦੀ ਡੇਟ ਦੇ ਵਿੱਚ ਵੀ ਕਾਫੀ ਟਫ ਹੈ। ਸੋ ਸਾਡਾ ਜੋ ਸਾਡੇ ਐਫਰਟਸ ਹੈਗੇ ਆ ਉਹ ਇਸੇ ਚੀਜ਼ 'ਤੇ ਹੈ ਕਿ ਬੱਚਾ ਜਿਹੜਾ ਹੈਗਾ ਇੰਗਲਿਸ਼ ਨੂੰ ਲੈ ਕੇ ਜਿਹੜਾ ਬੱਚੇ ਦੇ ਇੱਕ ਅੰਦਰ ਡਰ ਹੈ ਉਹ ਡਰ ਸਾਡੇ ਵੱਲੋਂ ਖਤਮ ਕੀਤਾ ਜਾਂਦਾ। ਸੋ ਇੱਕ ਇੱਦਾਂ ਦਾ ਸਾਡੇ ਇੱਥੇ ਇਨਵਾਇਰਮੈਂਟ ਹੈਗਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਟ੍ਰੇਨਡ ਸਟਾਫ ਜਾਂ ਐਕਸਪੀਰੀਅੰਸਡ ਸਟਾਫ, ਸੋ ਸਾਡਾ ਸਟਾਫ ਜਿਹੜਾ ਹੈਗਾ ਸਾਡੇ ਲਈ ਇੱਕ ਬਹੁਤ ਵੱਡੀ ਐਸੈਟ ਹੈ ਕਿ ਅਸੀਂ ਉਹੀ ਟ੍ਰੇਨਰਸ ਅਸੀਂ ਰੱਖਦੇ ਹਾਂ, ਉਹੀ ਇੰਪਲੋਈ ਸਾਡੇ ਕੋਲ ਹੈ ਜਿਨ੍ਹਾਂ ਨੇ ਆਪ ਆਇਲਸ ਪਹਿਲਾਂ ਤਾਂ ਕੀਤਾ ਹੁੰਦਾ, ਜਿਨ੍ਹਾਂ ਦੀ ਇੰਗਲਿਸ਼ ਆਪਣੀ ਬਹੁਤ ਵਧੀਆ ਹੈ। ਐਮ ਏ ਇੰਗਲਿਸ਼ ਸਾਡੇ ਕੋਲ ਕੈਂਡੀਡੇਟ ਹੁੰਦੇ ਆ, ਨੋਰਮਲੀ ਅਸੀਂ ਉਹਨਾਂ ਨੂੰ ਹੀ ਅਪੁਆਇੰਟ ਕਰਦੇ ਹਾਂ, ਔਰ ਪਲੱਸ ਜਿਨ੍ਹਾਂ ਨੇ ਆਇਲਸ ਕਰਕੇ ਆਇਲਸ ਦੇ ਵਿੱਚ 8 ਜਾਂ 8 ਪਲੱਸ ਬੈਂਡ ਸਕੋਰ ਕੀਤੇ ਹੁੰਦੇ ਆ ਅਸੀਂ ਉਹਨਾਂ ਨੂੰ ਹੀ ਹਾਇਰ ਕਰਦੇ ਹਾਂ ਤਾਂ ਕਿ ਇੱਕ ਉਹਨਾਂ ਦਾ ਆਪਣਾ ਇੱਕ ਚੀਜ਼ ਆਲਰੇਡੀ ਉਹਨਾਂ ਨੇ ਕਰਕੇ ਦੇਖੀ ਆ, ਉਹਨਾਂ ਦਾ ਤਜਰਬਾ ਹੈ, ਫਿਰ ਜੋ ਬੱਚੇ ਦੀ ਰਿਕੁਆਇਰਮੈਂਟ ਹੈ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਬੱਚੇ ਨੂੰ ਪੜ੍ਹਾਇਆ ਜਾਂਦਾ ਤਾਂ ਕਿ ਜੋ ਬੱਚੇ ਦਾ ਟਾਰਗੇਟ ਹੈ ਉਹ ਬੱਚਾ ਅਚੀਵ ਕਰ ਸਕੇ। ਸਰ ਦੇਖੋ ਸਾਡਾ ਜਦੋਂ ਕੋਈ ਵੀ ਬੱਚਾ ਸਾਡੇ ਕੋਲ ਆਉਂਦਾ ਹੈ ਸਾਡਾ ਪਹਿਲਾ ਜੋ ਮੋਟਿਵ ਹੈ ਉਹ ਇਹ ਹੈ ਕਿ ਬੱਚੇ ਦਾ ਲੈਵਲ, ਬੱਚੇ ਦਾ ਇੰਗਲਿਸ਼ ਦਾ ਲੈਵਲ ਕੀ ਹੈ, ਬੱਚਾ ਇੰਗਲਿਸ਼ ਦੇ ਵਿੱਚ ਅੱਜ ਕਿੱਥੇ ਸਟੈਂਡ ਕਰਦਾ ਹੈ। ਅਸੀਂ ਪਹਿਲਾਂ ਉਹ ਚੀਜ਼ ਦੇਖਦੇ ਹਾਂ, ਅਸੈਸਮੈਂਟ ਕਰਦੇ ਹਾਂ ਉਹਦੀ, ਫਿਰ ਹਰ ਇੱਕ ਬੱਚੇ ਦੇ ਲਈ ਸਾਡੇ ਕੋਲ ਕਸਟਮਾਈਜ਼ ਪ੍ਰੋਗਰਾਮ ਬਣੇ ਹੋਏ ਆ। ਹਰ ਇੱਕ ਬੱਚਾ ਹੁਣ ਇੱਕ ਕਲਾਸ ਦੇ ਵਿੱਚ ਪੜ੍ਹਨ ਵਾਲੇ ਸਾਰੇ ਬੱਚੇ 70% ਜਾਂ 80% ਵਾਲੇ ਨਹੀਂ ਹੁੰਦੇ, ਕੁਛ ਬੱਚੇ 50% ਦਾ ਵੀ ਉਹਨਾਂ ਦਾ ਇੰਗਲਿਸ਼ ਦਾ ਲੈਵਲ ਹੈਗਾ, ਕੁਛ ਬੱਚੇ 90% ਵਾਲੇ ਵੀ ਹੈ। ਸੋ ਜਦੋਂ 50% ਅਤੇ 90% ਵਾਲੇ ਨੂੰ ਅਸੀਂ ਇੱਕ ਹੀ ਬੈਚ ਦੇ ਵਿੱਚ ਪੜ੍ਹਾਵਾਂਗੇ ਤਾਂ ਉਹ ਬੱਚੇ ਕੰਪੀਟ ਨਹੀਂ ਕਰ ਪਾਉਣਗੇ, ਕਿਉਂਕਿ 90% ਵਾਲੇ ਦੇ ਲੈਵਲ ਨੂੰ ਦੇਖ ਕੇ 50% ਵਾਲਾ ਜੋ ਬੱਚਾ 50% ਦੇ ਲੈਵਲ 'ਤੇ ਹੈਗਾ ਉਹ ਕਿਤੇ ਨਾ ਕਿਤੇ ਕੰਪਲੈਕਸ ਫੀਲ ਕਰੇਗਾ, ਉਹ ਕੁਐਸਚਨ ਪੁੱਛਣ ਦੇ ਵਿੱਚ ਜਾਂ ਕੋਈ ਚੀਜ਼ ਉਹਨੂੰ ਨਹੀਂ ਸਮਝ ਆ ਰਹੀ ਤਾਂ ਉਹ ਪੁੱਛਣ ਦੇ ਵਿੱਚ ਫੀਲ ਕਰੇਗਾ ਕੰਪਲੈਕਸ ਕਿ ਇਹ ਚੀਜ਼ ਮੈਂ ਟੀਚਰ ਮੈਂ ਕਿਤੇ ਬਾਕੀ ਬੱਚਿਆਂ ਦੇ ਸਾਹਮਣੇ ਬੇਇੱਜ਼ਤੀ ਫੀਲ ਹੁੰਦੀ ਹੈ ਬੱਚੇ ਨੂੰ। ਸੋ ਸਾਡਾ ਹੈ ਕਿ ਹਰ ਬੱਚੇ ਦਾ ਅਸੈਸਮੈਂਟ ਅਸੀਂ ਕਰਨ ਤੋਂ ਬਾਅਦ ਉਹਦੇ ਅਕੋਰਡਿੰਗਲੀ ਉਹਦਾ ਅਸੀਂ ਬੈਚ ਬਣਾਉਂਦੇ ਹਾਂ ਅਤੇ ਉਸ ਬੈਚ ਦੇ ਵਿੱਚ ਬੱਚਿਆਂ ਨੂੰ ਉਹਦੇ ਅਕੋਰਡਿੰਗਲੀ ਪੜ੍ਹਾਇਆ ਜਾਂਦਾ ਤਾਂ ਕਿ ਬੱਚਾ ਹਰ ਜੋ ਆਸਪੈਕਟ ਹੈ ਉਹਨੂੰ ਸਿੱਖੇ ਵੀ ਔਰ ਇਹ ਵੀ ਨਾ ਮਹਿਸੂਸ ਕਰੇ ਕੁਛ ਪੁੱਛਣ ਤੋਂ ਪਹਿਲਾਂ ਕਿ ਬਾਕੀ ਬੱਚੇ ਮੇਰੇ ਤੋਂ ਬਹੁਤ ਜ਼ਿਆਦਾ ਹੁਸ਼ਿਆਰ ਹੈ ਜਾਂ ਬੇਇੱਜ਼ਤੀ ਮਹਿਸੂਸ ਨਾ ਕਰੇ ਬੱਚਾ। ਇਸ ਤਰ੍ਹਾਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਅਸੀਂ ਬਹੁਤ ਫਰੈਂਡਲੀ ਸਾਡਾ ਇਨਵਾਇਰਮੈਂਟ ਹੈਗਾ ਕਿ ਬੱਚਾ ਨਾ ਚਾਹੁੰਦੇ ਹੋਏ ਵੀ ਜਦੋਂ ਸਾਨੂੰ 1 ਮਹੀਨਾ 1.5 ਮਹੀਨਾ 2 ਮਹੀਨਾ ਸਾਡੇ ਕੋਲ ਲਗਾਉਂਦਾ ਤਾਂ ਬਹੁਤ ਕੁਛ ਸਾਡੇ ਤੋਂ ਸਿੱਖ ਕੇ ਜਾਂਦਾ। ਸਰ ਅਸੀਂ ਗੱਲ ਕਰੀਏ ਜਦੋਂ ਤੁਸੀਂ ਆਪਣੇ ਪਹਿਲਾਂ ਸਟਾਰਟ ਕੀਤਾ ਆਈਲੈਟਸ ਦਾ ਕੀਤਾ ਔਰ ਤੁਸੀਂ ਦੇਖਿਆ ਕਿ ਜਿਹੜੀ ਇਮੀਗ੍ਰੇਸ਼ਨ ਦੀ ਮਾਰਕੀਟ ਹੈਗੀ ਆ ਕਿਉਂਕਿ ਪਹਿਲਾਂ ਸਟੂਡੈਂਟ ਵੀਜ਼ਾ ਤੁਸੀਂ ਆਪ ਨਹੀਂ ਕਰਦੇ ਸੀਗੇ ਔਰ ਉਸ ਤੋਂ ਬਾਅਦ ਕਿਵੇਂ ਤੁਹਾਡੇ ਮਨ 'ਚ ਆਇਆ ਕਿ ਮੈਂ ਵੀਜ਼ਾ ਦੇ ਵਿੱਚ ਵੀ ਅਟੈਚਮੈਂਟ ਕਰਾਂ, ਕੀ ਤੁਹਾਡੇ ਮਤਲਬ ਕਿਸ ਚੀਜ਼ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਸੀ? ਸਰ ਦੇਖੋ ਇੱਕ ਬੱਚਾ ਜਦੋਂ ਆਇਲਸ ਕਰਦਾ ਹੈ ਤਾਂ ਆਇਲਸ ਕਰਨ ਤੋਂ ਬਾਅਦ ਉਹਦਾ ਮੇਨ ਮੋਟਿਵ ਇਹ ਹੀ ਹੁੰਦਾ ਕਿ ਉਹਨੇ ਫੋਰਨ ਕੰਟਰੀ ਦੇ ਵਿੱਚ ਜਾਣਾ। ਸੋ ਸਾਨੂੰ ਸੀ ਕਿ ਅਸੀਂ ਆਇਲਸ ਕਰਕੇ ਅਸੀਂ ਬੇਸਿਕਲੀ ਬੱਚੇ ਦਾ ਜਿਹੜਾ ਫਸਟ ਸਟੈਪ ਹੈ ਉਹਦੀ ਪ੍ਰੈਪਰੇਸ਼ਨ ਦਾ ਅਸੀਂ ਕਰਵਾ ਦਿੰਦੇ ਹਾਂ, ਬਟ ਉਸ ਤੋਂ ਬਾਅਦ ਵੀ ਕੀ ਹੁੰਦਾ ਕਿ ਬੱਚੇ ਨੇ ਜਦੋਂ ਵੀਜ਼ਾ ਫਾਈਲ ਕਰਨਾ ਹੁੰਦਾ ਤਾਂ ਬੱਚਾ ਅਲੱਗ ਅਲੱਗ ਕੰਪਨੀਜ਼ ਦੇ ਕੋਲ ਜਾਂ ਹੋਰ ਆਫਿਸਿਸ ਬੱਚੇ ਨੂੰ ਸਰਚ ਕਰਨੇ ਕਰਦੇ ਆ। ਸੋ ਪੇਰੈਂਟਸ ਦਾ ਵੀ ਅਸੀਂ ਦੇਖਿਆ ਕਿ ਉਹਨਾਂ ਨੂੰ ਹੁਣ ਇੱਕ ਬੱਚਾ ਪਿੰਡ ਤੋਂ ਉੱਠ ਕੇ ਆਉਂਦਾ ਹੈ ਜਾਂ ਉਹਦੇ ਪੇਰੈਂਟਸ ਇੰਨੇ ਪੜ੍ਹੇ ਲਿਖੇ ਨਹੀਂ ਜਾਂ ਘਰ 'ਚ ਪੜ੍ਹਾਈ ਦਾ ਮਾਹੌਲ ਘੱਟ ਹੈ, ਇਸ ਕਰਕੇ ਤਾਂ ਸਾਡੇ ਕੋਲ ਪਹਿਲਾਂ ਆਇਲਸ ਸਿੱਖਣ ਆਉਂਦਾ, ਫਿਰ ਉਹਨੂੰ ਆਇਲਸ ਕਰਨ ਤੋਂ ਬਾਅਦ ਜਾਣਾ ਪੈਂਦਾ ਲੱਭਣ ਲਈ ਕਿ ਚੰਗੀ ਕੰਪਨੀ ਕਿਹੜੀ ਹੈ। ਸੋ ਜਦੋਂ ਇੱਕ ਬੱਚੇ ਦੇ ਸਾਡੇ ਕੋਲੋਂ ਆਇਲਸ ਦੇ ਵਿੱਚ ਬੈਂਡ ਆਏ ਹੈ, ਬੱਚੇ ਦਾ ਆਇਲਸ ਦਾ ਸੈਟਿਸਫੈਕਟਰੀ ਰਿਜ਼ਲਟ ਆਇਆ ਤਾਂ ਉਸ ਫੈਮਿਲੀ ਦਾ ਇੱਕ ਫੇਥ ਬਣਦਾ ਹੈ ਸਾਡੇ 'ਤੇ। ਸੋ ਸਾਡੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਅਗਰ ਕਿਸੇ ਨੇ ਸਾਡੇ 'ਤੇ ਟਰੱਸਟ ਕੀਤਾ ਹੈ, ਬੱਚਾ ਸਾਡੇ ਕੋਲ ਆਇਆ ਤਾਂ ਕਿਉਂ ਨਾ ਉਸ ਬੱਚੇ ਦਾ ਜਿਹੜਾ ਬਾਹਰ ਜਾਣ ਦਾ ਸੁਪਨਾ ਉਹ ਵੀ ਅਸੀਂ ਹੀ ਪੂਰਾ ਕਰੀਏ। ਸੋ ਅਸੀਂ ਨਾਲ ਨਾਲ ਅਸੀਂ ਵੀਜ਼ਾ ਦੀਆਂ ਸਰਵਿਸਿਸ ਵੀ ਸਟਾਰਟ ਕੀਤੀਆਂ। ਸੋ ਮੈਨੂੰ ਲੱਗਦਾ ਹੈ ਕਿ ਪਹਿਲੇ 2 ਸਾਲ ਹੀ ਅਸੀਂ ਆਇਲਸ ਕੀਤਾ ਹੈ, ਉਸ ਤੋਂ ਬਾਅਦ ਅਸੀਂ 8 ਤੋਂ 9 ਸਾਲ ਸਾਨੂੰ ਹੋ ਗਏ ਹੈ ਕਿ ਅਸੀਂ ਵੀਜ਼ਾ ਸਰਵਿਸਿਸ ਵੀ ਨਾਲ ਨਾਲ ਪ੍ਰੋਵਾਈਡ ਕਰਵਾ ਰਹੇ ਹਾਂ। ਸੋ ਸਾਡਾ ਟਾਰਗੇਟ ਨਹੀਂ ਹੈ ਕਿ ਅਸੀਂ 400 ਬੱਚਾ ਕਰਨਾ ਹੈ, ਅਸੀਂ 500 ਬੱਚਾ ਕਰਨਾ ਹੈ। ਸਾਡਾ ਟਾਰਗੇਟ ਹੁੰਦਾ ਹੈ ਕਿ ਅਸੀਂ ਸਾਡਾ ਇੱਕ ਟਾਰਗੇਟ ਹੈ ਕਿ ਅਸੀਂ 50 ਬੱਚੇ ਜਦੋਂ ਸਾਡੇ ਕੋਲ ਹੋ ਜਾਂਦੇ ਆ ਅਸੀਂ ਐਡਮਿਸ਼ਨ ਬੰਦ ਕਰ ਦਿੰਦੇ ਹਾਂ। ਉਸ ਤੋਂ ਬਾਅਦ ਜਦੋਂ 50 ਬੱਚੇ ਅਸੀਂ ਕੰਪਲੀਟ ਕਰ ਦਿੰਦੇ ਹਾਂ, ਉਹਨਾਂ ਦੀ ਤਿਆਰੀ ਹੋ ਜਾਂਦੀ ਹੈ, ਉਹ ਬੱਚੇ ਪਾਸ ਆਊਟ ਹੋ ਜਾਂਦੇ, ਫਿਰ ਅਸੀਂ ਨੈਕਸਟ ਬੈਚ ਸਟਾਰਟ ਕਰਦੇ ਹਾਂ। ਸੋ ਬਾਕੀ ਇੰਸਟੀਟਿਊਟਸ ਦੇ ਵਾਂਗ ਸਾਡਾ ਉਹ ਹੈ ਹੀ ਨਹੀਂ ਕਿ ਇੱਕ ਬੈਚ ਦੇ ਵਿੱਚ ਹੀ 50-60 ਬੱਚੇ ਭਰੇ ਹੁੰਦੇ ਆ ਜਾਂ ਸਾਡੀ ਕੋਈ ਨੰਬਰਸ ਦੀ ਦੌੜ ਲੱਗੀ ਹੋਈ ਹੈ ਕਿ ਜੇ ਅਸੀਂ ਸਾਲ ਦੇ ਵਿੱਚ 1000 ਬੱਚਾ ਪੜ੍ਹਾਉਣਾ ਅਸੀਂ ਇੰਨਾ ਪੜ੍ਹਾਉਣਾ, ਨਹੀਂ ਸਾਡਾ ਮੋਟਿਵ ਹੈ ਕਿ ਬੱਚਾ ਘੱਟ ਪੜ੍ਹਾਵੋ ਪਰ ਬੱਚਾ ਜੋ ਸਾਡੇ ਕੋਲ ਆਵੇ ਉਹ ਬੈਂਡ ਲੈ ਕੇ ਜਾਵੇ ਔਰ ਜੋ ਵੀਜ਼ਾ ਵੀ ਉਹਦਾ ਸਾਡੇ ਤੋਂ ਲੱਗੇ ਸਾਡਾ ਹੀ ਮੋਟਿਵ। ਜਦੋਂ ਕੈਨੇਡਾ ਸਟਾਰਟ ਹੋਇਆ ਸੀ 2011-12 ਦੀ ਅਗਰ ਗੱਲ ਕਰੀਏ ਤਾਂ ਉਸ ਟਾਈਮ 'ਤੇ ਕੈਨੇਡਾ ਫੀਸ ਬੱਚਾ ਭਰਵਾਉਂਦਾ ਸੀ ਤਾਂ ਐਜੂਕੇਸ਼ਨ ਲੋਨ ਦੇ ਨਾਲ ਬੱਚਾ ਜਾ ਸਕਦਾ ਸੀ, ਬਟ ਉਸ ਤੋਂ ਬਾਅਦ ਉਹਨਾਂ ਨੇ ਥੋੜ੍ਹਾ ਚੇਂਜਸ ਕੀਤੇ, ਫਿਰ ਫੀਸ ਦੇ ਨਾਲ GIC ਵੀ ਉਹਨਾਂ ਨੇ ਐਡ ਕੀਤਾ ਔਰ ਉਦੋਂ ਤੋਂ ਹੁਣ ਤੱਕ ਉਹੀ ਰੂਲ ਚੱਲ ਰਿਹਾ। ਹਾਂ ਇਹ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ ਅਪਲਾਈ ਕਰਨ ਤੋਂ ਪਹਿਲਾਂ ਬੱਚੇ ਦੇ ਮਨ ਦੇ ਵਿੱਚ ਡਾਊਟ ਬਹੁਤ ਸਾਰੇ ਰਹਿੰਦੇ, ਡਾਊਟ ਕਿ
ਔਰ ਕਿਹੜਾ ਕਾਲਜ ਚੂਜ਼ ਕਰੇ, ਕਿਹੜੀ ਸਿਟੀ ਚੂਜ਼ ਕਰੇ, ਕਿਉਂਕਿ ਇਸ ਚੀਜ਼ ਨੂੰ ਲੈ ਕੇ ਕਨਫਿਊਜ਼ਨਸ ਬਹੁਤ ਸਾਰੀਆਂ ਹੈਗੀਆਂ ਔਰ ਪ੍ਰਾਈਵੇਟ ਕਾਲਜਿਸ ਬਹੁਤ ਜ਼ਿਆਦਾ ਓਪਨ ਹੋ ਗਏ। ਸੋ ਮੈਂ ਪਹਿਲਾਂ ਵੀ ਬੱਚਿਆਂ ਨੂੰ ਮੇਰਾ ਮੈਸੇਜ ਇਹੀ ਹੁੰਦਾ ਸਟੂਡੈਂਟਸ ਨੂੰ ਕਿ ਅਗਰ ਬੱਚੇ ਨੇ ਅਪਲਾਈ ਕਰਨਾ ਹੈ, ਬੱਚੇ ਨੇ ਵਾਕਿਆ ਹੀ ਪੜ੍ਹਨ ਜਾਣਾ ਹੈ, ਤਾਂ ਸਭ ਤੋਂ ਪਹਿਲਾਂ ਜਿਹੜਾ ਕਾਲਜ ਹੈ ਉਹ ਬਹੁਤ ਵਧੀਆ ਚੂਜ਼ ਕਰਨਾ ਚਾਹੀਦਾ। ਪਰ ਦੂਜੀ ਚੀਜ਼, ਕਾਲਜਿਸ ਦਾ ਫੀਸ ਸਟਰਕਚਰ ਜ਼ਰੂਰ ਕੰਪੇਅਰ ਕਰੋ। ਇੱਕ ਹੀ ਪ੍ਰੋਵਿੰਸ ਦੇ ਵਿੱਚ ਬੱਚੇ ਦੀ ਪ੍ਰੈਫਰੈਂਸ, ਬੱਚਾ ਕੀ ਕਰਦਾ ਹੈ, ਬੱਚਾ ਦੇਖਾ ਦੇਖੀ ਚੱਲਦਾ ਹੈ। ਬੱਚਾ ਕਹਿੰਦਾ ਕਿ ਮੇਰਾ ਫਰੈਂਡ ਉੱਥੇ ਗਿਆ ਤਾਂ ਮੈਂ ਵੀ ਉੱਥੇ ਜਾਣਾ, ਜਾਂ ਮੇਰੇ ਰਿਸ਼ਤੇਦਾਰ ਉੱਥੇ ਹੈ। ਜਦਕਿ ਦੇਖਣਾ ਇਹ ਚਾਹੀਦਾ ਕਿ ਜੋ ਬੱਚੇ ਦੀ ਪ੍ਰੀਵੀਅਸ ਕੁਆਲੀਫਿਕੇਸ਼ਨ ਹੈ ਉਹਦੇ ਅਕੋਰਡਿੰਗਲੀ ਉਹਨੂੰ ਕਿਹੜਾ ਕਾਲਜ ਸੂਟ ਕਰਦਾ। ਹੁੰਦਾ ਕੀ ਹੈ, ਸੇਮ ਕੋਰਸ ਦੋ ਕਾਲਜਿਸ ਆਫਰ ਕਰ ਰਹੇ, ਇੱਕ ਕਾਲਜ ਸੇਮ ਕੋਰਸ 10,000 ਕੈਨੇਡੀਅਨ ਡਾਲਰ ਦੇ ਵਿੱਚ ਆਫਰ ਕਰ ਰਿਹਾ, ਇੱਕ ਕਾਲਜ ਉਹੀ ਕੋਰਸ 18,000 ਜਾਂ 20,000 ਕੈਨੇਡੀਅਨ ਡਾਲਰ ਦੇ ਵਿੱਚ ਵੀ ਆਫਰ ਕਰ ਰਿਹਾ। ਪੈਸਾ ਭੇਜਣ ਵਾਲੇ ਮਾਂ ਬਾਪ ਉਹੀ ਹੈ, ਉਹਨਾਂ ਦੀ ਜੇਬ ਉਹੀ ਹੈ, ਚਾਹੇ ਉਹਨਾਂ ਦੀ ਜੇਬ 'ਚੋਂ 20,000 ਡਾਲਰ ਜਾਵੇ, ਅਗਰ ਉਹੀ ਕੋਰਸ ਬੱਚਾ 10,000 ਡਾਲਰ ਦੇ ਵਿੱਚ ਕਰ ਸਕਦਾ ਔਰ ਸਰਕਾਰੀ ਕਾਲਜ ਦੇ ਵਿੱਚ ਕਰ ਸਕਦਾ, ਤਾਂ ਪ੍ਰਾਈਵੇਟ ਕਾਲਜ ਦੇ ਵਿੱਚ ਉਹੀ ਚੀਜ਼ ਲਈ 20,000 ਡਾਲਰ ਦੇਣਾ ਮੇਰੇ ਹਿਸਾਬ ਨਾਲ ਤਾਂ ਬੇਵਕੂਫੀ ਹੈ, ਨਹੀਂ ਦੇਣਾ ਚਾਹੀਦਾ। ਰਿਸਰਚ ਵਰਕ ਬੱਚੇ ਦਾ ਬਹੁਤ ਘੱਟ ਹੁੰਦਾ, ਬੱਚਾ ਕਈਆਂ ਸੋਹਣੀਆਂ ਗੱਲਾਂ 'ਤੇ ਬਹੁਤ ਜਲਦੀ ਯਕੀਨ ਕਰ ਲੈਂਦਾ। ਮੈਂ ਪਹਿਲਾਂ ਵੀ ਇਹੀ ਕਹਿੰਦਾ ਹੁੰਦਾ ਕਿ ਜਦੋਂ ਬੱਚੇ ਨੇ ਅਪਲਾਈ ਕਰਨਾ ਹੈ ਤਾਂ ਰਿਸਰਚ ਵਰਕ ਵੀ ਬੱਚੇ ਦਾ ਹੋਣਾ ਚਾਹੀਦਾ, ਕਿਉਂਕਿ ਸਟੱਡੀ ਉਹਨੇ ਕਰਨੀ ਹੈ, ਮਾਂ ਪਿਓ ਨੂੰ ਕੁਛ ਨਹੀਂ ਪਤਾ, ਉਹਨਾਂ ਨੇ ਪੈਸੇ ਲਗਾ ਦੇਣੇ, ਉਹਨਾਂ ਨੂੰ ਜਿੱਥੇ ਬੱਚੇ ਨੇ ਕਹਿਣਾ ਮੈਂ ਉੱਥੇ ਅਪਲਾਈ ਕਰ ਦੇਣਾ। ਬਟ ਅਪਲਾਈ ਕਰਨ ਤੋਂ ਪਹਿਲਾਂ ਬੱਚੇ ਨੂੰ ਇਹ ਚੀਜ਼ ਦੇਖਣੀ ਚਾਹੀਦੀ ਕਿ ਕਿਹੜਾ ਕਾਲਜ ਜਾਂ ਕਿਹੜਾ ਕੋਰਸ ਅਪਲਾਈ ਕਰਨਾ ਚਾਹੀਦਾ। ਬੱਚੇ ਅਸੀਂ ਆਲਰੇਡੀ ਪਿਛਲੇ ਸਾਲਾਂ ਦੇ ਵਿੱਚ ਬਾਹਰ ਭੇਜੇ ਆ, ਉਹਨਾਂ ਦੇ ਸਾਨੂੰ ਰੈਫਰੈਂਸਿਸ ਅੱਜ ਵੀ ਆਉਂਦੇ ਆ, ਔਰ ਸਾਡੇ ਨਾਲ ਇੰਟੱਚ ਹਰ ਬੱਚਾ ਜੋ ਅਸੀਂ ਪਹਿਲਾਂ ਬੱਚਾ ਭੇਜਿਆ ਸੀ ਉਹ ਤੋਂ ਲੈ ਕੇ ਅੱਜ ਤੱਕ ਹਰ ਬੱਚਾ ਸਾਡੇ ਨਾਲ ਇੰਟੱਚ ਹੈ। ਔਰ ਹਾਂ, ਅਗਰ ਕੋਈ ਬੱਚਾ ਸਾਨੂੰ ਇੱਥੋਂ ਜਾਣ ਤੋਂ ਪਹਿਲਾਂ ਕਹਿੰਦਾ ਹੈ ਕਿ ਉਹਨੂੰ ਕੋਈ ਪਿਕ ਐਂਡ ਡਰੋਪ ਦੀ ਫੈਸਿਲਿਟੀ ਜਾਂ ਕੁਛ ਇਸ ਤਰ੍ਹਾਂ ਦਾ ਚਾਹੀਦਾ, ਤਾਂ ਅਸੀਂ ਪੁਰਾਣੇ ਬੱਚਿਆਂ 'ਤੇ ਉਹਨਾਂ ਨੂੰ ਕੋਂਟੈਕਟ ਨੰਬਰ, ਕੋਂਟੈਕਟ ਡਿਟੇਲਸ ਉਹਨਾਂ ਨਾਲ ਸ਼ੇਅਰ ਕਰ ਲੈਂਦੇ ਹਾਂ ਤਾਂ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਬਟ ਇਹ ਡਿਪੈਂਡ ਕਰਦਾ ਕਿ ਅਗਰ ਕੋਈ ਬੱਚਾ ਇੱਦਾਂ ਦਾ, ਨੋਰਮਲੀ ਅੱਜ ਹਰ ਬੱਚੇ ਦਾ ਹਰ ਘਰ 'ਚੋਂ ਤੀਜਾ ਜਾਂ ਚੌਥਾ ਮੈਂਬਰ ਬਾਹਰ ਬੈਠਾ ਹੈ, ਸੋ ਇੱਦਾਂ ਦੀ ਰਿਕੁਆਇਰਮੈਂਟਸ ਬੱਚਿਆਂ ਵੱਲੋਂ ਬਹੁਤ ਘੱਟ ਆਉਂਦੀ ਹੈ। ਬਟ ਹਾਂ, ਅਗਰ ਆਉਂਦੀਆਂ ਤਾਂ ਅਸੀਂ ਹਰ ਵਕਤ ਉਹਨਾਂ ਦੀ ਸਰਵਿਸਿਜ਼ ਲਈ ਅਸੀਂ ਤਿਆਰ ਬੈਠੇ। ਜਿਸ ਤਰੀਕੇ ਦੇ ਨਾਲ ਜਦੋਂ ਬੱਚੇ ਚਲੇ ਜਾਂਦੇ ਆ, ਕਿੰਨੀ ਦੇਰ ਬਾਅਦ ਜਿਹੜੇ ਪੇਰੈਂਟਸ ਆ ਸੋਚਣ ਵੀ ਉਹ ਥੋੜ੍ਹੀ ਬਹੁਤ ਜਿਹੜਾ ਹੈਗਾ ਪੜ੍ਹਨ ਉਹ ਪੜ੍ਹਾਈ ਦਾ ਕਰ ਹੀ ਰਹੇ ਨੇ ਅਤੇ ਥੋੜ੍ਹਾ ਜਿਹਾ ਬੈਕ ਮੋਸ਼ਨ ਜਿਹੜਾ ਹੈਗਾ, ਕਦੋਂ ਸੋਚਣ ਦੋ ਪੇਰੈਂਟਸ, ਕਿਉਂਕਿ ਪੇਰੈਂਟਸ ਨੂੰ ਜਦੋਂ ਬਾਹਰ ਦਾ ਵੀਜ਼ਾ ਲੱਗ ਗਿਆ ਉਹਨਾਂ ਦੀ ਅੱਖਾਂ 'ਚ ਤਾਂ ਉਸ ਵੇਲੇ ਰੌਣਕ ਆ ਜਾਂਦੀ ਹੈ ਵੀ ਚੱਲ ਵੀ ਹੁਣ ਕੋਈ ਨਾ ਕੋਈ ਗੇਮ ਜਿਹੜੀ ਬਣੂਗੀ, ਅਤੇ ਲੇਕਿਨ ਉਹ ਬੱਚੇ ਜਿਹੜੇ ਹੈਗੇ ਉਹ ਵੀ ਫਰਸਟ੍ਰੇਟ ਹੋ ਜਾਂਦੇ ਆ ਕਈ ਵਾਰੀ ਇਹਨਾਂ ਚੀਜ਼ਾਂ ਦੇ ਉੱਤੇ, ਉਹਦੇ ਬਾਰੇ ਕੀ ਕਹਿੰਦੇ ਹੋ? ਸਰ ਇਹ ਦੇਖੋ ਬਹੁਤ ਵਧੀਆ ਸਵਾਲ ਤੁਹਾਡਾ ਹੈਗਾ ਕਿ ਜਦੋਂ ਇੱਕ ਬੱਚੇ ਦਾ ਬਾਹਰ ਦਾ ਵੀਜ਼ਾ ਆ ਜਾਂਦਾ ਤਾਂ ਪੇਰੈਂਟਸ ਲਈ ਉਸ ਦਿਨ ਤੋਂ ਐਕਸਪੈਕਟੇਸ਼ਨ ਬਹੁਤ ਵੱਧ ਜਾਂਦੀ ਹੈ ਕਿ ਸਾਡਾ ਬੱਚਾ ਅੱਜ ਬਾਹਰ ਜਾਊਗਾ। ਪਰ ਇੱਕ ਚੀਜ਼ ਇੱਥੇ ਸਮਝਣ ਦੀ ਜ਼ਰੂਰਤ ਹੈ ਕਿ ਪੇਰੈਂਟਸ ਨੂੰ ਘੱਟੋ ਘੱਟ ਬੱਚੇ ਦੇ ਪਹਿਲੇ ਸਾਲ ਦਾ ਖਰਚਾ, ਉਹਦੀ ਫੀਸ ਦਾ ਅਤੇ ਉਹਦਾ ਰਹਿਣ ਸਹਿਣ ਦਾ ਨਾਲ ਉਹਨੂੰ ਦੇ ਕੇ ਭੇਜਣਾ ਹੀ ਹੈ, ਜੋ ਕੈਨੇਡਾ ਦਾ ਹੁਣ ਰੂਲ ਹੈ ਉਹਦੇ ਅਕੋਰਡਿੰਗ ਲਈ ਹੈ। ਪਰ ਪੇਰੈਂਟਸ ਨੂੰ ਕਿਤੇ ਨਾ ਕਿਤੇ ਉਸੇ ਉਹਦੀ ਦੂਸਰੇ ਸਾਲ ਦੀ ਫੀਸ ਦੇ ਵਿੱਚ ਵੀ ਕੁਛ ਨਾ ਕੁਛ ਮਦਦ ਕਰਨ ਲਈ ਤਿਆਰ ਰਹਿਣਾ ਚਾਹੀਦਾ, ਜਦਕਿ ਬੱਚੇ ਕੋਲ 20 ਘੰਟੇ ਪਰ ਵੀਕ ਦੇ ਬੱਚਾ ਕੰਮ ਕਰ ਸਕਦਾ, ਉਹਨੂੰ ਵਰਕ ਰਾਈਟਸ ਹੁੰਦੇ ਆ, ਉਹਦਾ ਆਪਣਾ ਗੁਜ਼ਾਰਾ ਉੱਥੇ ਕਰ ਸਕਦਾ। ਪਰ ਇੱਕ ਨੋਰਮਲ ਜਿਹਾ ਅਗਰ ਦੇਖੀਏ, ਅੱਜ ਅਗਰ ਇੱਕ ਕੋਈ ਵੀ ਬੱਚਾ ਇੱਥੋਂ ਪੜ੍ਹਨ ਚੰਡੀਗੜ੍ਹ ਵੀ ਚਲੇ ਜਾਂਦਾ ਤਾਂ ਉਹਨੂੰ ਵੀ ਉੱਥੇ ਜਾ ਕੇ ਸੈਟਲਮੈਂਟ ਕਰਨ ਨੂੰ 3-4 ਮਹੀਨੇ ਲੱਗ ਜਾਂਦੇ। ਸੋ ਬੱਚਾ ਇੱਕ ਐਸੀ ਕੰਟਰੀ ਦੇ ਵਿੱਚ ਜਾ ਰਿਹਾ ਜਿੱਥੇ ਉਹਦੀ ਜਾਣ ਪਛਾਣ ਬਹੁਤ ਘੱਟ ਹੈ, ਸੋ ਉਸ ਕੰਟਰੀ ਦੇ ਬਾਕੀ ਉਸ ਕੰਟਰੀ ਦਾ ਜੋ ਇਨਵਾਇਰਮੈਂਟ ਹੈ ਉਹਦੇ ਅਕੋਰਡਿੰਗਲੀ ਵੀ, ਕਿਉਂ ਇੱਥੋਂ ਇੱਕ ਗਰਮ ਮੁਲਕ 'ਚ ਜਾਣਾ ਬੱਚੇ ਨੇ, ਉੱਥੇ ਠੰਡਾ ਮੁਲਕ ਹੈ, ਸੋ ਬੱਚੇ ਪਲੱਸ ਟੂ ਤੋਂ ਬਾਅਦ ਜਾਂਦੇ, ਇੱਥੇ ਕੰਮ ਕਰਨ ਦੀ ਆਦਤ ਨਹੀਂ ਹੁੰਦੀ, ਹਰ ਚੀਜ਼ ਬੈੱਡ 'ਤੇ ਮਿਲਦੀ ਹੈ, ਮਾਂ ਬਾਪ ਅੱਗੇ ਪਿੱਛੇ ਘੁੰਮਦੇ, ਬੱਚੇ ਦੇ ਉੱਥੇ ਕੋਈ ਕਰਨ ਵਾਲਾ ਕੋਈ ਨਹੀਂ, ਬੱਚੇ ਨੂੰ ਜਾ ਕੇ ਡਿਪੈਂਡੈਂਟ ਸੈਲਫ ਡਿਪੈਂਡੈਂਟ ਹੋਣਾ ਪੈਂਦਾ। ਸੋ ਬੱਚੇ ਨੂੰ ਚੀਜ਼ਾਂ ਕਰਨ ਲਈ ਥੋੜ੍ਹਾ ਐਡਜਸਟਮੈਂਟ ਲਈ ਟਾਈਮ ਚਾਹੀਦਾ, ਸੋ ਪੇਰੈਂਟਸ ਨੂੰ ਦੂਜੇ ਸਾਲ ਦੀ ਫੀਸ ਲਈ ਵੀ ਥੋੜ੍ਹਾ ਬਹੁਤ ਤਿਆਰ ਰਹਿਣਾ ਚਾਹੀਦਾ। ਹਾਂ, ਉਸ ਤੋਂ ਬਾਅਦ ਕੀ ਹੈ ਕਿ ਦੂਜੇ ਸਾਲ ਦੀ ਫੀਸ ਤੋਂ ਬਾਅਦ ਜਦੋਂ 2 ਸਾਲ ਦੀ ਕੋਈ ਵੀ ਬੱਚਾ ਪੜ੍ਹਾਈ ਕੈਨੇਡਾ ਦੇ ਵਿੱਚ ਅਗਰ ਗੱਲ ਕਰੀਏ ਪੂਰੀ ਕਰ ਲੈਂਦਾ, ਤਾਂ ਕੈਨੇਡਾ ਗਵਰਨਮੈਂਟ ਦਾ ਇੱਕ ਰੂਲ ਹੈ ਕਿ ਬੱਚੇ ਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ। ਹਾਂ, ਜਦੋਂ ਬੱਚਾ ਵਰਕ ਪਰਮਿਟ 'ਤੇ ਆ ਜਾਂਦਾ ਉਸ ਟਾਈਮ ਫਿਰ ਉਹ ਕਮਾਈ ਕਰ ਰਿਹਾ, ਅਰਨਿੰਗ ਪੋਜੀਸ਼ਨ ਦੇ ਵਿੱਚ ਆ ਜਾਂਦਾ, ਫਿਰ ਪੇਰੈਂਟਸ ਕੁਛ ਐਕਸਪੈਕਟ ਕਰ ਸਕਦੇ ਆ ਕਿ ਉਹ ਉਹਨਾਂ ਨੂੰ ਕੁਛ ਜੋ ਪੇਰੈਂਟਸ ਨੇ ਪਹਿਲਾਂ ਉਹਨੂੰ ਭੇਜਣ ਲਈ ਮਦਦ ਕੀਤੀ ਹੈ, ਹਾਂ ਉਹਨਾਂ ਨੂੰ ਕੁਛ ਵਾਪਸ ਡਾਲਰਾਂ ਦੇ ਵਿੱਚ ਕਮਾਈ ਕਰਕੇ ਵਾਪਸ ਭੇਜਿਆ ਜਾ ਸਕਦਾ। ਪਰ ਥੋੜ੍ਹਾ ਜਿਹਾ ਪੇਰੈਂਟਸ ਨੂੰ ਹੁਣ ਪ੍ਰੈਕਟੀਕਲ ਹੋਣਾ ਪੈਣਾ, ਪੁਰਾਣੀਆਂ ਗੱਲਾਂ ਨਹੀਂ ਹੈ ਕਿ ਬਾਹਰ ਬੰਦਾ ਗਿਆ ਤਾਂ ਉਹਨੇ ਉੱਥੇ ਦਰਖਤਾਂ ਦੇ ਡਾਲਰ ਨਹੀਂ ਲੱਗੇ ਕਿ ਤੋੜ ਕੇ ਉਹਨੇ ਵਾਪਸ ਭੇਜਣੇ, ਸੋ ਥੋੜ੍ਹਾ ਪ੍ਰੈਕਟੀਕਲ ਪੇਰੈਂਟਸ ਨੂੰ ਹੋਣਾ ਚਾਹੀਦਾ, ਪਹਿਲਾਂ ਇੱਕ ਬਜਟ ਪਲਾਨ ਕਰਨਾ ਚਾਹੀਦਾ ਕਿ ਕਿੰਨੇ ਪੈਸੇ ਲੱਗਣ ਵਾਲੇ ਆ। ਖਾਸ ਤੌਰ 'ਤੇ ਇਹ ਪ੍ਰੋਬਲਮ ਅੱਜ ਕੱਲ੍ਹ ਜਿਹੜੇ ਸਪਾਊਸ ਕੇਸਿਸ ਲੱਗਦੇ ਪਏ ਆ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਸਪਾਊਸ ਕੇਸਿਸ ਕੰਟਰੈਕਟ ਮੈਰਿਜਸ ਦੇ ਬੇਸ 'ਤੇ ਲੱਗਦੇ, ਉਹਨਾਂ ਦੇ ਵਿੱਚ ਇਹ ਪ੍ਰੋਬਲਮ ਬਹੁਤ ਵੱਡੀ ਆਉਂਦੀ ਹੈ ਕਿ ਐਕਸਪੈਕਟ ਕੀਤਾ ਜਾਂਦਾ ਬੱਚੇ ਤੋਂ ਕਿ ਜਾਂਦਾ ਹੀ ਬੱਚਾ 6 ਮਹੀਨੇ ਬਾਅਦ ਆਪਣੇ ਸਪਾਊਸ
ਹੋਰ ਰੂਲਸ ਐਂਡ ਰੈਗੂਲੇਸ਼ਨ ਹੈ ਜਿਹੜੇ ਫੋਲੋ ਕਰਨੇ ਪੈਂਦੇ, ਉਹਦੇ ਲਈ ਆਪਾਂ ਇੱਕ ਅਲੱਗ ਤੋਂ ਟਾਈਮ ਰੱਖ ਕੇ ਅਤੇ ਉਹਦੇ 'ਚ ਡਿਸਕਸ਼ਨ ਵੀ ਕਰਾਂਗੇ। ਤਾਂ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ, ਜਿਹੜਾ ਸਾਡੇ ਪੰਜਾਬ ਪਲੱਸ ਚੈਨਲ ਨੂੰ ਤੁਸੀਂ ਕੀਮਤੀ ਸਮਾਂ ਦਿੱਤਾ ਆਪਣਾ, ਔਰ ਅਸੀਂ ਚਾਹਾਂਗੇ ਇਸ ਚੈਨਲ ਦੇ ਮਾਧਿਅਮ 'ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਇਸ ਤਰ੍ਹਾਂ ਅਵੇਅਰ ਕੀਤਾ, ਪੇਰੈਂਟਸ ਨੂੰ ਅਵੇਅਰ ਕੀਤਾ ਕਿ ਤੁਹਾਡੀ ਐਕਸਪੈਕਟੇਸ਼ਨ ਜਿਹੜੀਆਂ ਕਿਸ ਤਰ੍ਹਾਂ ਦਾ ਅਸੈਪਟ ਕਰਾਂ ਤੁਸੀਂ ਆਪਣੇ ਬੱਚਿਆਂ ਤੋਂ। ਬਹੁਤ ਵਧੀਆ ਤੁਸੀਂ ਰਾਏ ਦਿੱਤੀ ਹੈਗੀ ਆ, ਕਿਉਂਕਿ ਪੇਰੈਂਟਸ ਵਿਚਾਰੇ ਭੋਲੇ ਨੇ, ਉਹਨਾਂ ਨੂੰ ਤਾਂ ਲੱਗਦਾ ਵੀ ਜਦੋਂ ਬਾਹਰ ਚਲਾ ਗਿਆ ਤਾਂ ਬਸ ਉਹ ਹੋਊਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਕੀਮਤੀ ਸਮਾਂ ਦਿੱਤਾ, ਔਰ ਅਸੀਂ ਚਾਹਾਂਗੇ ਕਿ ਇਸ ਚੈਨਲ ਦੇ ਮਾਧਿਅਮ 'ਤੇ ਤੁਹਾਡੇ ਸਮਾਂ ਅਸੀਂ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰੀਏ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ, ਥੈਂਕ ਯੂ ਸੋ ਮਚ ਤੁਹਾਡਾ, ਸਾਰੀ ਟੀਮ ਦਾ, ਸਾਡੇ ਆਫਿਸ ਆਉਣ ਦਾ ਔਰ ਸਾਡੀ ਇੰਟਰਵਿਊ ਕਰਨ ਲਈ।